ਸਤ ਸ੍ਰੀ ਅਕਾਲ ਵੈਲਕਮ ਟੂ ਬਲੂ ਬird ਅੱਜ ਤੁਹਾਡੇ ਨਾਲ ਜੋ ਰੀਸੈਂਟ ਵੀਜ਼ਾਸ ਅਪਡੇਟ ਨੇ ਕਿੱਥੋਂ ਕਿਹੜੇ ਕਿਹੜੇ ਵੀਜ਼ਾਸ ਆ ਰਹੇ ਨੇ ਤੇ ਸਪੈਸ਼ਲੀ ਆਪਾਂ ਦੋ ਕੰਟਰੀਜ਼ ਦੀ ਗੱਲ ਕਰਨੀ ਹੈ ਇੱਕ ਆਸਟ੍ਰੇਲੀਆ ਤੇ ਇੱਕ ਕੈਨੇਡਾ ਕਿ ਇਹਨਾਂ ਦੋ ਕੰਟਰੀਜ਼ ਦਾ ਵੀਜ਼ਾ ਰਿਜ਼ਲਟ ਕਿਵੇਂ ਦਾ ਚੱਲ ਰਿਹਾ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਕੈਨੇਡਾ ਤੇ ਆਸਟ੍ਰੇਲੀਆ ਦੋਵੇਂ ਹੀ ਟੂਰਿਸਟ ਵੀਜ਼ਾ ਨੂੰ ਪ੍ਰੋਮੋਟ ਕਰ ਰਹੇ ਨੇ ਤੇ ਵੀਜ਼ਾਸ ਇਸ਼ੂ ਹੋ ਰਹੇ ਨੇ ਕੈਨੇਡਾ ਦਾ ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਵੀਜ਼ਾ ਰਿਜ਼ਲਟਸ ਬਹੁਤ ਪੋਜ਼ਿਟਿਵ ਚੱਲ ਰਹੇ ਨੇ ਬਹੁਤ ਵਧੀਆ ਰਿਜ਼ਲਟਸ ਆ ਰਹੇ ਨੇ ਤੇ ਇਸ ਟਾਈਮ ਵਧੀਆ ਡਾਈਮੋਂਡਾ ਵਾਸਤੇ ਜੋ ਕੈਨੇਡਾ ਜਾਂ ਆਸਟ੍ਰੇਲੀਆ ਟਰੈਵਲ ਕਰਨਾ ਚਾਹੁੰਦੇ ਨੇ ਤੇ ਕੈਨੇਡਾ ਦਾ ਵੀਜ਼ਾ ਦਾ ਬੈਨੀਫਿਟ ਹੈ ਕਿ ਤੁਹਾਡੇ ਕੋਲ ਵੀਜ਼ਾਸ ਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ ਯੂਕੇ, ਸ਼ਰਨਗਨ ਫਿਰ ਯੂਐਸ ਇਨਰ ਕੰਟਰੀਜ਼ ਵੀਜ਼ਾ ਲੈਣ ਚ ਪ੍ਰੋਬਲਮ ਨਹੀਂ ਆਉਂਦੀ ਬਹੁਤ ਈਜ਼ੀ ਵੀਜ਼ਾ ਮਿਲਦਾ ਤੇ ਰੀਸੈਂਟ ਚ ਕੁਝ ਜਿਹੜੇ ਸਾਡੇ ਵੀਜ਼ਾਸ ਆਏ ਨੇ ਆਸਟ੍ਰੇਲੀਆ ਦੇ ਉਹ ਤੁਹਾਨੂੰ ਸ਼ੇਅਰ ਕਰਨ ਲੱਗੇ ਇੱਕ ਏ ਵੀਜ਼ਾ ਆਇਆ ਹੋਇਆ ਹੈ ਥੈਨ ਇੱਕ ਹੋਰ ਹੈ ਸਾਡੇ ਕੋਲ ਵੀਜ਼ਾ ਇਨਕੋਰ ਦੈਨ ਇਨਕੋਰ ਚਾਰ ਵੀਜ਼ਾਸ ਨੇ ਜੋ ਆਸਟ੍ਰੇਲੀਆ ਤੋਂ ਅਪਰੂਵ ਹੋ ਕੇ ਆਏ ਨੇ ਤੇ ਰਿਜ਼ਲਟਸ ਵਧੀਆ ਨੇ ਚਾਰੇ ਹੀ ਵੀਜ਼ਾ ਜਿਹੜੇ 3 ਸਾਲ ਦੇ ਮਲਟੀਪਲ ਐਂਟਰੀ ਵੀਜ਼ਾਸ ਨੇ ਵੀਜ਼ਾ ਦੇਖਣੇ ਹੋ ਸਾਡੇ ਆਫਿਸ ਵਿਜ਼ਿਟ ਕਰਕੇ ਵੀਜ਼ਾ ਵੀ ਦੇਖ ਸਕਦੇ ਹੋ ਤੇ ਵੀਜ਼ਾਸ ਜਿਹੜੇ ਨੇ ਇਹ 3 ਸਾਲ ਮਲਟੀਪਲ ਐਂਟਰੀ ਵੀਜ਼ਾ ਤੇ ਹਰ ਸਟੇ ਦੇ ਵਿੱਚ ਤੁਸੀਂ 3 ਮਹੀਨੇ ਕੰਟੀਨਿਊ ਰਹਿ ਸਕਦੇ ਹੋ ਬਹੁਤ ਵਧੀਆ ਮੌਕਾ ਹੰਦਰਨ ਵਾਸਤੇ ਜਿਹੜੇ ਵੀਜ਼ਾਸ ਵੀਜ਼ਾ ਲੈਂਦੇ ਉਸ ਤੋਂ ਬਾਅਦ ਉੱਥੇ ਜਾਂਦੇ ਆ ਸਟੇ ਕਰਦੇ ਉਸ ਤੋਂ ਬਾਅਦ ਇੰਡੀਆ ਆ ਸਕਦੇ ਆ ਉਹ ਬਿਟਵੀਨ ਜੇ ਤੁਹਾਨੂੰ ਕੋਈ ਜੌਬ ਆਫਰ ਮਿਲ ਜਾਂਦਾ ਜੌਬ ਆਫਰ ਤੇ ਤੁਸੀਂ ਇਹਨੂੰ ਕਨਵਰਟ ਵੀ ਕਰ ਸਕਦੇ ਹੋ ਪਰ ਥੋੜਾ ਡਿਫਿਕਲਟ ਕੰਮ ਹੈ ਇਹ ਨਾ ਇਜ਼ੀ ਨਹੀਂ ਹੈ ਤੁਹਾਨੂੰ ਲੋਅਰ ਨਾਲ ਗੱਲ ਕਰਨੀ ਪੈਗੀ ਉੱਥੇ ਦੀ ਉਹਦੇ ਲਈ ਅਸੀਂ ਕੋਈ ਹੈਲਪ ਨਹੀਂ ਕਰ ਸਕਦੇ ਅਸੀਂ ਸਿਰਫ ਵੀਜ਼ਾ ਲੈਣ ਚ ਤੁਹਾਡੀ ਹੈਲਪ ਕਰ ਸਕਦੇ ਆ ਆਸਟ੍ਰੇਲੀਆ ਵੀਜ਼ਾ ਹੁੰਦਾ ਉਸ ਤੋਂ ਬਾਅਦ ਤੁਹਾਡੇ ਲਈ ਨਿਊਜ਼ੀਲੈਂਡ ਵੀਜ਼ਾ ਲੈਣਾ ਇਜ਼ੀ ਹੈ ਦੈਨ ਆਫਟਰ ਤੁਸੀਂ ਸ਼ੇਨਗਨ ਯੂਕੇ ਜਾਂ ਕੈਨੇਡਾ ਦਾ ਵੀਜ਼ਾ ਬਹੁਤ ਈਜ਼ੀਲੀ ਲੈ ਸਕਦੇ ਹੋ ਤੇ ਹੋਟਲ ਬੁਕਿੰਗ ਬੇਸ ਤੇ ਵੀਜ਼ਾਸ ਨੇ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਹੋਏ ਹੋਟਲ ਬੁਕਿੰਗ ਬੇਸ ਤੇ ਵੀਜ਼ਾ ਅਪਲਾਈ ਹੋ ਜਾਏਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪான்ਸਰ ਦੀ ਲੋੜ ਨਹੀਂ ਹੁੰਦੀ ਬਟ ਜੇ ਤੁਹਾਡੇ ਕੋਲ ਸਪான்ਸਰ ਹੈਗੀ ਹੈ ਤੁਹਾਡਾ ਕੋਈ ਬਲੱਡ ਰਿਲੇਸ਼ਨ ਦੇ ਵਿੱਚ ਉੱਥੇ ਕੋਈ ਹੈਗਾ ਉਹਦੇ ਤੋਂ ਤੁਸੀਂ ਸਪான்ਸਰ ਲੈ ਕੇ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ ਬਹੁਤ ਈਜ਼ੀ ਵੀਜ਼ਾ ਆ ਜਾਂਦੇ ਨੇ ਸਪான்ਸਰ ਤੋਂ ਕਿਵੇਂ ਵੀਜ਼ਾ ਲਿਆ ਜਾ ਸਕਦਾ ਹੈ ਨੈਕਸਟ ਵੀਡੀਓ ਸੀਐਸਟੀ ਤੇ ਪਾ ਦਾਂਗੇ ਤੁਸੀਂ ਉਸ ਚ ਦੇਖ ਲਿਓ ਕਿ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਕੀ ਪ੍ਰੋਸੈਸ ਹੁੰਦਾ ਹੈ ਸਪான்ਸਰ ਬੇਸ ਤੇ ਵੀਜ਼ਾ ਲਿਆ ਜਾ ਸਕਦਾ ਹੁਣ ਗੱਲ ਕਰੀਏ ਆਪਾਂ ਕੈਨੇਡਾ ਦੀ ਤੇ ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਰੀਸੈਂਟ ਕੁਝ ਵੀਜ਼ਾਸ ਨੇ ਜਿਹੜੇ ਵੀਜ਼ਾਸ ਰੀਸੈਂਟ ਲੱਗ ਕੇ ਆਏ ਨੇ ਕੈਨੇਡਾ ਦੀ ਇੱਕ ਪੀਪੀਆਰ ਹੈ ਇੱਕ ਹੈ ਦੇ ਨੈਸਟ ਇੱਕ ਹੋਰ ਇਹ ਵੀਜ਼ਾ ਕੈਨੇਡਾ ਦੇ ਨੇ ਟੂਰਿਸਟ ਵੀਜ਼ਾ ਨੇ ਵੀ ਹੋਟਲ ਬੁਕਿੰਗ ਬੇਸ ਤੇ ਆਏ ਹੋਏ ਨੇ ਇਸ ਟਾਈਮ ਜੋ ਪ੍ਰੋਸੈਸ ਟਾਈਮ ਚੱਲ ਰਿਹਾ ਕੈਨੇਡਾ ਦਾ ਬਹੁਤ ਵਧੀਆ ਚੱਲ ਰਿਹਾ ਹੈ ਮੈਂ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਵੇਟ ਨਹੀਂ ਕਰਨਾ ਪੈਣਾ ਇੱਕ ਖਾਸ ਗੱਲ ਹੈ ਇਸ ਟਾਈਮ ਕਿ ਆਟੋ ਰਿਫਿਊਜ਼ਲ ক্লোਜ਼ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ ਬਹੁਤ ਰੇਅਰ ਕੇਸ ਨੇ ਜਿਨ੍ਹਾਂ ਦੀ ਆਟੋ ਰਿਫਿਊਜ਼ਲ ਆ ਰਹੀ ਹੈ ਮੈਕਸਿਮਮ ਕੇਸ ਦੇ ਵਿੱਚ ਵੀਜ਼ਾ ਰਿਜ਼ਲਟ ਜਿਹੜੇ ਆ ਵਿਦਿਨ 1 ਮੰਥ ਜਾਂ ਵਿਦਿਨ 2 ਮੰਥ ਦੇ ਵਿੱਚ ਵੀਜ਼ਾ ਆਉਂਦਾ ਹੈ ਐਸਟੈਂਡ ਅੰਬੈਸੀ ਟਾਈਮ ਜ਼ਰੂਰ ਲੈ ਰਹੀ ਹੈ ਵੀਜ਼ਾ ਇਸ਼ੂ ਕਰਨ ਦੇ ਵਿੱਚ ਬਟ ਪੋਜ਼ਿਟਿਵ ਰਿਜ਼ਲਟਸ ਜ਼ਿਆਦਾ ਉਹਦੇ ਵਿੱਚ ਆ ਰਹੇ ਨੇ ਛੇ ਤੁਹਾਡੀ ਫਾਈਲ ਡਿਲੇ ਹੋ ਚੁੱਕੀ ਹੈ ਤੁਹਾਡੇ ਫਾਈਲ ਦਾ ਡਿਸੀਜਨ ਅਜੇ ਤੱਕ ਨਹੀਂ ਆਇਆ 1.5 ਤੋਂ 2 ਮਹੀਨੇ ਹੋ ਚੁੱਕੇ ਨੇ ਤੁਹਾਡੀ ਫਾਈਲ ਲੱਗੀ ਨੂੰ ਰਿਜ਼ਲਟ ਨਹੀਂ ਆ ਰਿਹਾ ਤੇ ਉਹ ਤੁਹਾਡੇ ਲਈ ਇੱਕ ਪੋਜ਼ਿਟਿਵ ਸਾਈਨ ਹੈ ਕਿਉਂਕਿ ਇਹਦੇ ਵਿੱਚ ਇੱਕ ਖਾਸ ਗੱਲ ਹੈ ਕਿ ਕੈਨੇਡਾ ਦੇ ਵਿੱਚ ਜਿੰਨਾ ਡਿਲੇ ਹੋ ਰਿਹਾ ਕੇਸ ਓਨੇ ਹੀ ਪੋਜ਼ਿਟਿਵ ਚਾਂਸ ਨੇ ਬਟ ਇਹਦਾ ਮਤਲਬ ਇਹ ਨਹੀਂ ਕਿ 6 ਤੋਂ 7 ਮਹੀਨੇ ਤੁਹਾਡਾ ਹੋਲਡ ਹੈ ਤੇ ਵੀਜ਼ਾ ਚਾਂਸ ਹਾਈ ਰਹਿਣਗੇ ਮਤਲਬ ਜੇ ਤੁਸੀਂ ਇੰਡੀਆ ਤੋਂ ਅਪਲਾਈ ਕੀਤਾ ਹੋਇਆ ਤੁਸੀਂ ਇੰਡੀਆ ਚ ਰਹਿੰਦੇ ਹੋ ਅਪਲਾਈ ਕੀਤਾ ਹੈ ਤਾਂ ਮੈਕਸਿਮਮ ਟਾਈਮ 3 ਮੰਥ ਜੇ ਬਿਟਵੀਨ 3 ਮੰਥ ਰਿਜ਼ਲਟ ਆ ਰਹੇ ਆ ਤਾਂ ਰਿਜ਼ਲਟ ਪੋਜ਼ਿਟਿਵ ਜ਼ਿਆਦਾ ਹੋਣਗੇ ਜੇ ਕੁਇਕ ਰਿਜ਼ਲਟ ਹੁੰਦਾ ਉਹਦੇ ਵਿੱਚ ਜ਼ਿਆਦਾ ਰਿਫਿਊਜ਼ਲ ਵੇਖਣ ਨੂੰ ਮਿਲਦੀਆਂ ਨੇ ਇਸ ਕਰਕੇ ਜੇ ਤੁਹਾਡਾ ਡਿਲੇ ਹੋ ਚੁੱਕਿਆ ਹੈ ਤਾਂ ਉਹਦੇ ਲਈ ਵਰੀ ਨਾ ਕਰੋ ਤੁਹਾਡੇ ਪੋਜ਼ਿਟਿਵ ਸਾਈਡ ਨੇ ਵੀਜ਼ਾ ਆਉਣ ਦੇ ਚਾਂਸ ਹਾਈ ਰਹਿਣਗੇ ਪ੍ਰੋਸੈਸ ਟਾਈਮ ਬੜਾ ਨੋਰਮਲ ਚੱਲ ਰਿਹਾ ਹੈ ਜਦੋਂ ਵੀ ਤੁਹਾਡੇ ਬਾਇਓਮੈਟ੍ਰਿਕ ਆਉਂਦੇ ਆ ਬਾਇਓਮੈਟ੍ਰਿਕ ਦੇਣ ਤੋਂ ਬਾਅਦ ਜਸਟ 1 ਤੋਂ 2 ਮਹੀਨੇ ਤੁਸੀਂ ਵੇਟ ਕਰੋ ਰਿਜ਼ਲਟ ਤੁਹਾਡੇ ਆ ਜਾਣਗੇ ਕੈਨੇਡਾ ਦਾ ਅਸਟਮੀਨ ਨੂੰ ਦੋ ਕੰਟਰੀਸ ਤੋਂ ਹੀ ਅਪਡੇਟ ਨੇ ਹੋਰ ਅਪਡੇਟਸ ਲੈ ਕੇ ਅਸੀਂ ਜਲਦੀ ਮਿਲਦੇ ਆ ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ